पुलिस मुलाजम की कार दे विच तेज रफ्तार थार वजी जिस दे नाल भयानक सड़की हादसा होया। तस्वीरां देख के अंदाजा लग गया होना कि किन्ना खतरनाक सड़की हादसा होया। गंभीर रूप दे विच पुलिस दा मुलाजम जख्मी होया। दसण दे मुताबिक कार दे विच पिछों आ रही तेज रफ्तार थार वजी जिस दे नाल ए हादसा होया। हादसे मौके डिवाइडर ते एक कार चढ़ी मलोट सीतो हाईवे दियां ये तस्वीरां ने जिथे भयानक सड़की हादसा होया। दस दिए कि थार दे विच कुछ नौजवान सवार सी, बड़ी तेज सड़क ते आ रही सी तां मूहरे जा रही कार दे विच भयानक टक्कर हुई तां अंबोहर दे विच ये हादसा होया। तेज रफ्तार थार ने कार दे विच टक्कर मारी जिस दे नाल पुलिस वाला जख्मी होया जिसनू हस्पताल दे विच भर्ती करवाया गया। पुलिस कर्मचारी दे मुताबिक तेज रफ्तार दे नाल ए नौजवान आ रहे सी जिन्हां ने पिछों आके कार नूं जोरदार टक्कर मारी तां पुलिस मुलाजम इस कार दे विच सवार सी तां पिछों आके थार ने जोरदार टक्कर मारी। मुख मार्ग ते ए भयानक सड़की हादसा होया। तेज रफ्तार कार दे विच नौजवान सवार सन। जख्मी पुलिस दे मुलाजम नूं हस्पताल दे विच भर्ती करवाया गया जिथे ओ जेरे इलाज है। हादसा इन्ना भयानक सी कि कार डिवाइडर ते चढ़ गई तां पूरी तरह नुकसानी गई। थार दा अगला हिस्सा भी नुकसानिया गया। मौके ते पुजी पुलिस ने हालातां दा जायजा लिया और इस मामले दी जांच शुरू कर दिती। मैं ना यू टर्न लै रहा उतों लंघ नहीं देंगे पे जरा रस्ता बंद किया रस्ता बंद किया है तो मैं यू टर्न कर गया मैं हाथ भी किया इन्हों गए बट ये तेज सी इन्ना पिछले तेजी ना मारिया मेरी गड्डी वेटर ਤੁਸੀਂ ਡਿਊਟੀ 'ਤੇ ਆ ਰਹੇ ਸੀਗੇ ਜੀ? ਹਾਂਜੀ। ਅਤੇ ਕਿੱਥੋਂ ਦੇ ਪਤਾ ਲੱਗਿਆ ਕੋਈ ਥਾਰਾ ਲੈ ਕਿੱਥੋਂ ਦੇ? ਨਹੀਂ ਮੈਂ ਇਹਨੂੰ ਤਾਂ ਪਤਾ ਹੀ ਨਹੀਂ ਗਾ ਜੀ, ਪਤਾ ਹੀ ਨਹੀਂ ਲੱਗਿਆ ਮੈਂ ਕਿੱਥੋਂ ਮਤਲਬ ਪਤਾ ਕਰਨਾ ਸੀਗਾ। ਲੈ ਕੇ ਇਹ ਮੈਨੂੰ ਮੁਲਾਜ਼ਮ ਲਏ ਐਡਮਿਸ਼ਨ ਨੇ, ਮੈਨੂੰ ਨਹੀਂ ਪਤਾ ਕਿੱਥੋਂ ਦੇ ਬੰਦੇ ਜੀ ਕਿੱਥੋਂ। ਨਾ ਸੁਖਵਿੰਦਰ ਸਿੰਘ ਦੇ ਨਾਮ ਤੋਂ ਪੇਸ਼ੈਂਟ ਦਾਖਲ ਹੋਇਆ ਕੱਟਿਆਲੀ ਦੇ ਰਹਿਣ ਵਾਲਾ ਜੀ। ਸੁਖ ਕਿਸੇ ਨੇ ਇਹਨਾਂ ਦੀ ਕਾਰ ਦੇ ਵਿੱਚ ਥਾਰ ਗੱਡੀ ਮਾਰੀ ਹੈ। ਸੱਟਾਂ ਹੈਗੀਆਂ ਬਟ ਇਲਾਜ ਚੱਲ ਰਿਹਾ, ਫਿਰ ਸਿਟੀ ਸਕੈਨ ਵਗੈਰਾ ਕਰਵਾਉਣੇ ਆ। ਇੱਕ ਪੁਲਿਸ ਮੁਲਾਜ਼ਮ ਦੀ ਕਾਰ ਦੇ ਵਿੱਚ ਤੇਜ਼ ਰਫ਼ਤਾਰ ਥਾਰ ਵੱਜੀ ਜਿਸ ਦੇ ਨਾਲ ਭਿਆਨਕ ਸੜਕੀ ਹਾਦਸਾ ਹੋਇਆ। ਤਸਵੀਰਾਂ ਦੇਖ ਕੇ ਅੰਦਾਜ਼ਾ ਲੱਗ ਗਿਆ ਹੋਣਾ ਕਿ ਕਿੰਨਾ ਖਤਰਨਾਕ ਸੜਕੀ ਹਾਦਸਾ ਹੋਇਆ। ਗੰਭੀਰ ਰੂਪ ਦੇ ਵਿੱਚ ਪੁਲਿਸ ਦਾ ਮੁਲਾਜ਼ਮ ਜ਼ਖਮੀ ਹੋਇਆ। ਦੱਸਣ ਦੇ ਮੁਤਾਬਿਕ ਕਾਰ ਦੇ ਵਿੱਚ ਪਿੱਛੋਂ ਆ ਰਹੀ ਤੇਜ਼ ਰਫ਼ਤਾਰ ਥਾਰ ਵੱਜੀ ਜਿਸ ਦੇ ਨਾਲ ਇਹ ਹਾਦਸਾ ਹੋਇਆ। ਹਾਦਸੇ ਮੌਕੇ ਡਿਵਾਈਡਰ ਤੇ ਇੱਕ ਕਾਰ ਚੜ੍ਹੀ ਮਲੋਟ ਸੀਤੋ ਹਾਈਵੇ ਦੀਆਂ ਇਹ ਤਸਵੀਰਾਂ ਨੇ ਜਿੱਥੇ ਭਿਆਨਕ ਸੜਕੀ ਹਾਦਸਾ ਹੋਇਆ। ਦੱਸ ਦਈਏ ਕਿ ਥਾਰ ਦੇ ਵਿੱਚ ਕੁਝ ਨੌਜਵਾਨ ਸਵਾਰ ਸੀ, ਬੜੀ ਤੇਜ਼ ਸੜਕ ਤੇ ਆ ਰਹੀ ਸੀ ਤਾਂ ਮੂਹਰੇ ਜਾ ਰਹੀ ਕਾਰ ਦੇ ਵਿੱਚ ਭਿਆਨਕ ਟੱਕਰ ਹੋਈ ਤਾਂ ਅੰਬੋਹਰ ਦੇ ਵਿੱਚ ਇਹ ਹਾਦਸਾ ਹੋਇਆ। ਤੇਜ਼ ਰਫ਼ਤਾਰ ਥਾਰ ਨੇ ਕਾਰ ਦੇ ਵਿੱਚ ਟੱਕਰ ਮਾਰੀ ਜਿਸ ਦੇ ਨਾਲ ਪੁਲਿਸ ਵਾਲਾ ਜ਼ਖਮੀ ਹੋਇਆ ਜਿਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਪੁਲਿਸ ਕਰਮਚਾਰੀ ਦੇ ਮੁਤਾਬਿਕ ਤੇਜ਼ ਰਫ਼ਤਾਰ ਦੇ ਨਾਲ ਇਹ ਨੌਜਵਾਨ ਆ ਰਹੇ ਸੀ ਜਿਨ੍ਹਾਂ ਨੇ ਪਿੱਛੋਂ ਆ ਕੇ ਕਾਰ ਨੂੰ ਜ਼ੋਰਦਾਰ ਟੱਕਰ ਮਾਰੀ ਤਾਂ ਪੁਲਿਸ ਮੁਲਾਜ਼ਮ ਇਸ ਕਾਰ ਦੇ ਵਿੱਚ ਸਵਾਰ ਸੀ ਤਾਂ ਪਿੱਛੋਂ ਆ ਕੇ ਥਾਰ ਨੇ ਜ਼ੋਰਦਾਰ ਟੱਕਰ ਮਾਰੀ। ਮੁੱਖ ਮਾਰਗ ਤੇ ਇਹ ਭਿਆਨਕ ਸੜਕੀ ਹਾਦਸਾ ਹੋਇਆ। ਤੇਜ਼ ਰਫ਼ਤਾਰ ਕਾਰ ਦੇ ਵਿੱਚ ਨੌਜਵਾਨ ਸਵਾਰ ਸਨ। ਜ਼ਖਮੀ ਪੁਲਿਸ ਦੇ ਮੁਲਾਜ਼ਮ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਹ ਜ਼ੇਰੇ ਇਲਾਜ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਡਿਵਾਈਡਰ ਤੇ ਚੜ੍ਹ ਗਈ ਤਾਂ ਪੂਰੀ ਤਰ੍ਹਾਂ ਨੁਕਸਾਨੀ ਗਈ। ਥਾਰ ਦਾ ਅਗਲਾ ਹਿੱਸਾ ਵੀ ਨੁਕਸਾਨਿਆ ਗਿਆ। ਮੌਕੇ ਤੇ ਪੁੱਜੀ ਪੁਲਿਸ ਨੇ ਹਾਲਾਤਾਂ ਦਾ ਜਾਇਜ਼ਾ ਲਿਆ ਔਰ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਮੈਂ ਨਾ ਯੂ ਟਰਨ ਲੈ ਰਿਹਾ ਉੱਥੋਂ ਲੰਘ ਨਹੀਂ ਦਿੰਦੇ ਪਏ ਜਿਹੜਾ ਰਸਤਾ ਬੰਦ ਕੀਤਾ ਹੋਇਆ ਉੱਥੋਂ ਪੁਲਿਸ ਨੇ ਰਸਤਾ ਬੰਦ ਕੀਤਾ ਹੋਇਆ ਅਤੇ ਮੈਂ ਯੂ ਟਰਨ ਕਰਨ ਗਿਆ ਸੀਗਾ। ਮੈਂ ਹੱਥ ਵੀ ਕੀਤਾ ਇਹਨਾਂ ਨੇ ਗੱਡੀ ਵਾਲਿਆਂ ਨੇ ਬਟ ਇਹ ਤੇਜ਼ ਸੀਗੀ ਇਹਨਾਂ ਪਿੱਛੇ ਤੇਜ਼ ਨਾਲ ਤੇਜ਼ੀ ਨਾਲ ਮਾਰਿਆ ਮੇਰੀ ਗੱਡੀ ਤਾਂ ਵੇਟਰ ਜਿਹਦਾ
ਤੁਸੀਂ ਡਿਊਟੀ 'ਤੇ ਆ ਰਹੇ ਸੀਗੇ ਜੀ? ਹਾਂਜੀ। ਅਤੇ ਕਿੱਥੋਂ ਦੇ ਪਤਾ ਲੱਗਿਆ ਕੋਈ ਥਾਰਾ ਲੈ ਕਿੱਥੋਂ ਦੇ? ਨਹੀਂ ਮੈਂ ਇਹਨੂੰ ਤਾਂ ਪਤਾ ਹੀ ਨਹੀਂ ਗਾ ਜੀ, ਪਤਾ ਹੀ ਨਹੀਂ ਲੱਗਿਆ ਮੈਂ ਕਿੱਥੋਂ ਮਤਲਬ ਪਤਾ ਕਰਨਾ ਸੀਗਾ ਲੈ ਕੇ ਮੈਨੂੰ ਮੁਲਾਜ਼ਮ ਲਏ ਇੱਥੇ ਕਿਉਂ ਨੇ, ਮੈਨੂੰ ਨਹੀਂ ਪਤਾ ਕਿੱਥੋਂ ਦੇ ਬੰਦੇ ਸੀ ਕਿੱਥੋਂ। ਸੁਖਵਿੰਦਰ ਸਿੰਘ ਦੇ ਨਾਮ ਤੋਂ ਪੇਸ਼ੈਂਟ ਦਾਖਲ ਹੋਇਆ ਕੱਟਿਆਲੀ ਦੇ ਰਹਿਣ ਵਾਲਾ ਜੀ। ਸੁਖਵੀਰ ਕਿਸਨੇ ਇਹਨਾਂ ਦੀ ਕਾਰ ਦੇ ਵਿੱਚ ਥਾਰ ਗੱਡੀ ਮਾਰੀ ਹੈ, ਸੱਟਾਂ ਹੈਗੀਆਂ ਬਟ ਇਲਾਜ ਚੱਲ ਰਿਹਾ, ਸਿਟੀ ਸਕੈਨ ਵਗੈਰਾ ਕਰਵਾਏ ਗਏ।